अस्सलाम वालेकुम जी। वेखो पंजाब चैनल ते एक बार फिर तुहानू सब नू जीआं नू ते असी बैठे हाँ अपने चाचे होरां कोल। ते कल दी परसों दी ना एक फरमाइश बहुत ज़्यादा आ रही है कि जिहड़ियां चंडियां पैरां नू हो जांदियां ने, ए उंगलियां ते जां साइडां ते पैर ते चंडियां हो जांदियां ने, इहदा कोई इलाज दसो जी। तो उहदा सौखा इलाज चाचे होरां ने जिहड़ा दस्सिया है मैनू, उह असी चाचे होरां दी ज़बानी तुहानू पहले दस्सने आ ते फिर मैं तुहानू जिहड़ा ना उहदा करके वी दस्सना। चाचा दसो इह चंडियां दा की इलाज है? ਚੰਗਿਆਂ ਦਾ ਇਲਾਜ ਰੋੜਾ ਲਾ ਗਿਆ ਇਸ ਦਾ ਅਤੇ ਪੰਜ ਝੋਂਕ ਲਏ ਅਤੇ ਪੰਜ ਕੰਨੇ ਬਹਿ ਕੇ ਅਤੇ ਉਹ ਮਾਰੀ ਚੰਦੀ ਦੇ ਉੱਤੇ। ਇਹ ਮੈਂ ਤੁਹਾਡੇ ਤੋਂ ਪੁੱਛਿਆ ਸੀ ਇਲਾਜ, ਕਿਉਂਕਿ ਲੋਕ ਮੈਨੂੰ ਫੋਨ ਕਰਕੇ ਪੁੱਛਦੇ ਨੇ, ਫੇਸਬੁੱਕ 'ਤੇ ਨੰਬਰ ਵੀ ਦਿੱਤਾ, ਯੂਟਿਊਬ 'ਤੇ ਵੀ ਲੋਕ ਆਉਂਦੇ ਨੇ, ਅਤੇ ਤੁਸੀਂ ਦੱਸਿਆ ਸੀ ਕਿ ਮੈਂ ਆਪ ਹੀ ਮੈਨੂੰ ਚੰਡੀਆਂ ਹੋਈਆਂ ਅਤੇ ਮੈਂ ਰੋੜਾ ਮਾਰਿਆ ਅਤੇ ਆਰਾਮ ਆ ਗਿਆ। ਠੀਕ ਹੈ ਲਓ ਜੀ, ਇਹ ਹੁਣ ਜਿਹੜਾ ਮੈਂ ਤੁਹਾਨੂੰ ਦੱਸਣਾ ਬਿਸਮਿਲ੍ਲਾ ਪੜ੍ਹ ਕੇ ਸ਼ੁਰੂ ਕਰਦੇ ਅੱਲਾ ਜੀ। ਠੀਕ ਅੱਛਾ ਜੀ, ਤੁਸੀਂ ਇਹ ਵੇਖੋ ਨਾ ਰੋੜਾ ਹੈ ਇੱਟ ਦਾ, ਜਿਹੜਾ ਭੱਠੇ ਦੀ ਇੱਟ ਹੈ ਨਾ ਉਹਦਾ ਤੁਸੀਂ ਰੋੜਾ ਲੈਣਾ ਛੋਟਾ ਜਿਹਾ। ਠੀਕ ਹੈ, ਸੁਬਹਾ ਜਿਹੜਾ ਨਾ ਫਸਟ ਟਾਈਮ ਸੁਬਹਾ ਦੇ ਟਾਈਮ ਉਦੋਂ ਤੁਸੀਂ ਇਸ ਤਰ੍ਹਾਂ ਕਰਨਾ ਕਿ ਜਿਹੜਾ ਰੋੜਾ ਭਿਉਂ ਕੇ ਨਾ, ਅਤੇ ਜਿੱਥੇ ਵੀ ਤੁਹਾਡੇ ਆ ਚੰਡੀਆਂ ਨੇ, ਉਂਗਲੀਆਂ 'ਤੇ ਨੇ ਜਾਂ ਪੈਰ ਦੇ ਆ ਸਾਈਡ 'ਤੇ ਨੇ, ਜਿੱਥੇ ਵੀ ਨੇ, ਉਹਨੂੰ ਤੁਸੀਂ ਚੰਗੀ ਤਰ੍ਹਾਂ ਰਗੜਨਾ। ਠੀਕ ਹੈ, ਰਗੜ ਦੋ ਚਾਰ ਦਿਨ ਤੁਸੀਂ ਰਗੜੋ, ਇਨਸ਼ਾਅੱਲਾ ਤਾਲਾ ਜਿਹੜੀ ਚੰਡੀਆਂ ਪੈਰਾਂ ਪੂਰਾਂ 'ਤੇ ਜਿੰਨੀਆਂ ਚੰਡੀਆਂ ਨੇ ਖਤਮ ਹੋ ਜਾਣਗੀਆਂ। ਕਈ ਬਜ਼ੁਰਗ ਹੁੰਦੇ ਨੇ ਕਿ ਉਹ ਖੁੱਸਾ ਵਗੈਰਾ ਪਾ ਪਾ ਕੇ ਉਹਨਾਂ ਤਾਂ ਵੀ ਚੰਡੀਆਂ ਨਿਕਲ ਆਉਂਦੀਆਂ, ਤੇ ਉਹ ਵੀ ਇਸੇ ਤਰ੍ਹਾਂ ਸੁਬਹਾ ਦੇ ਪੈਰ ਨਾ ਰੋੜਾ ਲੈ ਕੇ ਨਾ ਭੱਠੇ ਦੀ ਇੱਟ ਦਾ, ਤੇ ਇਹਨੂੰ ਤੁਸੀਂ ਗਿੱਲਿਆਂ ਕਰਕੇ ਪਾਣੀ ਨਾਲ ਉਹਦੇ ਉੱਤੇ ਮਾਰੋ, ਰਗੜੋ ਤੁਸੀਂ, ਤੇ ਦੋ ਚਾਰ ਦਿਨ ਰਗੜੋ, ਇਨਸ਼ਾਅੱਲਾ ਤਾਲਾ ਚੰਡੀ ਜਿਹੜੀ ਹੈ ਨਾ ਬਿਲਕੁਲ ਖਤਮ ਹੋ ਜਾਏਗੀ। ਇਹ ਛੋਟਾ ਜਿਹਾ ਇੱਕ ਟੋਟਕਾ ਨੁਸਖਾ ਸੀ ਜਿਹੜਾ ਕਿ ਅਜ਼ਮੂਦਾ ਸੀ ਚਾਚੇ ਹੋਰਾਂ ਦਾ, ਉਹ ਤੁਹਾਨੂੰ ਦੱਸਿਆ। ਤੇ ਅੱਲਾ ਪਾਕ ਤੁਹਾਡੇ ਸਭ 'ਤੇ ਕਰਮ ਕਰੇ, ਫਜ਼ਲ ਕਰੇ, ਆਪਣਾ ਸਭ ਬਿਮਾਰੀਆਂ ਤੁਹਾਡੇ ਤੋਂ ਅੱਲਾ ਪਾਕ ਦੂਰ ਕਰ ਦੇਵੇ, ਖੁਸ਼ੀਆਂ ਦੇਵੇ ਜੀ, ਅਤੇ ਦਿਓ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖੋ। ਇਹਨਾਂ ਵੀਡੀਓਜ਼ ਨੂੰ ਤੁਸੀਂ ਸ਼ੇਅਰ ਵੀ ਕਰਿਆ ਕਰੋ ਵਟਸਐਪ 'ਤੇ, ਫੇਸਬੁੱਕ 'ਤੇ, ਹਰ ਜਗ੍ਹਾ 'ਤੇ, ਤਾਂ ਕਿ ਹੋਰ ਲੋਕਾਂ ਨੂੰ ਫਾਇਦਾ ਹੋਏ। ਅਤੇ ਜਾਂਦੇ ਜਾਂਦੇ ਸਾਡਾ ਚੈਨਲ ਵੇਖੋ ਪੰਜਾਬ ਨੂੰ ਸਬਸਕ੍ਰਾਈਬ ਕਰਕੇ ਮੁਹੱਬਤਾਂ ਦਿਓ, ਤਾਂ ਕਿ ਇੰਝ ਦੀਆਂ ਅਸੀਂ ਤੁਹਾਡੇ ਤੱਕ ਵੀਡੀਓ, ਸਾਦਾ ਵੀਡੀਓ ਜਿਹੜੀਆਂ ਨੇ ਜਿਹਦੇ ਤੋਂ ਕੋਈ ਪੈਸਾ ਤੁਹਾਡਾ ਨਹੀਂ ਲੱਗਦਾ, ਤੁਹਾਡੇ ਤੱਕ ਲਿਆਉਂਦੇ ਰਹੀਏ। ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖੋ, ਰੱਬ ਰਾਖਾ ਜੀ।